ਗਰਮ ਕਰਨ ਵਾਸਤੇ ਕੋਈ ਖਾ ਵੀ ਲੈਂਦੇ ਨੇ ਜੀ, ਮੀਟ ਵੀ ਬਣਾ ਲੈਂਦੇ ਆ। ਹਾਂਜੀ ਹਾਂ, ਵੀ ਠੀਕ ਆ। ਵਿੱਚ ਕਬੂਤਰ ਵੀ ਜਿਵੇਂ ਕੋਈ ਪੁਰਾਣੇ ਬੁੜੇ ਕਹਿੰਦੇ ਨਾ, ਤਿੱਤਰ ਹੁੰਦੇ ਨੇ ਜਾਂ ਬਟੇਰ ਹੁੰਦੇ ਨੇ। ਅੱਛਾ, ਇਹਨਾਂ ਨੂੰ ਤਿੱਤਰ ਵੀ ਕਹਿੰਦੇ ਆ? ਤਿੱਤਰ ਵੀ ਕਹਿੰਦੇ ਆ। ਇਹ ਤਿੱਤਰ ਦਾ ਬਸ ਤਿੱਤਰ ਹੀ ਸਮਝ ਲਓ ਜੀ, ਉਹ ਤਾਂ ਫੜੇ ਨਹੀਂ ਜਾਂਦੇ। ਠੀਕ ਹੈ। ਕਿਹੜਾ ਸੌਦਾ ਲਿਆ? ਇੱਕ ਸੌਦਾ 8 ਲੱਖ ਵਾਲਾ। ਹਾਂ ਅੱਛਾ, ਉਹ ਬਾਈ ਨੇ ਭੇਜੀਆਂ ਸੀ ਜਿਹੜੇ ਨੇ। ਹਾਂ, ਉਹ ਮੇਰੀ ਮਾਸੀ ਦਾ ਮੁੰਡਾ ਸੀ। ਮਾਸੀ ਦਾ ਮੁੰਡਾ, ਠੀਕ ਆ। ਲਓ ਵੀ ਬਾਈਆਂ ਨੇ ਉੱਥੋਂ ਨੁਕਰੀਆਂ ਬਸ਼ੇਰੀਆਂ ਲਈਆਂ ਸੀਗੀਆਂ ਤੇ ਕਿੰਨੇ 7-90 ਚ ਹੋਇਆ ਸੀ ਨਾ। ਹਾਂ, ਉਹ ਬਾਲੇ ਬੰਦੇ ਕਹਿੰਦੇ ਸੀਗੇ, ਵੀਡੀਓ ਵੀ ਚੱਲੀ ਜਾਂਦੀ ਹੈ ਬਾਲੇ। ਮੇਲ ਆ ਕੇ ਫੀਮੇਲ? ਮੇਲ ਆ ਬਾਈ। ਕਿੰਨੇ ਦਾ ਬਾਈ? 8000 ਰੁਪਏ ਮੰਗ। 8000 ਮੁੱਲ ਕਰਦੇ? ਹਾਂ। ਮਾਨਤਾਣ ਹੋ ਜੀ? ਹਾਂ। ਕਿਹੜਾ ਪਿੰਡ? ਖੋਖਰ। ਖੋਖਰ, ਖੋਖਰ ਮੁਕਤਸਰ ਵਾਲਾ? ਨਹੀਂ, ਇੱਧਰ ਰਾਮਪੁਰੇ ਲਵੇ, ਚੌਕੇ ਲਵੇ। ਠੀਕ ਆ। ਤੇ ਇਹ ਕਿੰਨੇ ਚਿਰ ਦਾ ਬਾਈ? ਇਹ 9-10 ਮਹੀਨਿਆਂ ਦਾ ਬਾਈ। ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪਹੁੰਚੇ ਹਾਂ ਦੇਣਾ ਵੀਰਵਾਰ ਤੌਂਗ ਵਾਲੀ ਮੰਡੀ ਤੇ, ਜ਼ਿਲ੍ਹਾ ਬਠਿੰਡਾ। ਤੌਂਗ ਵਾਲੀ ਮੰਡੀ ਦੀ ਇਹ ਐਂਟਰੀ ਗੇਟ ਆ ਜਿੱਥੇ ਆਪਾਂ ਖੜ੍ਹੇ ਹਾਂ। ਮਾਣ ਆ ਜਾ, ਐਂਟਰੀ ਗੇਟ ਆ ਜਿੱਥੇ ਆਪਾਂ ਖੜ੍ਹੇ ਹਾਂ। ਕੋਈ ਬਰਬਰੀ ਲਈ ਆਉਂਦਾ, ਕੋਈ ਵੇਚ ਕੇ ਜਾਈ ਜਾਂਦਾ, ਅੱਡੋ ਅੱਡੀ ਹਿਸਾਬ ਕਿਤਾਬ ਆ। ਤੁਹਾਨੂੰ ਤੁਸੀਂ ਇਸ ਥਾਂ ਤੋਂ ਜਿੱਥੇ ਮੈਂ ਖੜ੍ਹਾ, ਇਸ ਥਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਮਗਰ ਮੋਟਰਸਾਈਕਲ, ਕਾਰਾਂ ਕਿੰਨੀਆਂ ਅਤੇ ਜਾਨਵਰ ਕਿੰਨੇ ਆਏ ਹੋਣਗੇ। ਆ ਜਾਓ, ਆਪਾਂ ਤੁਹਾਨੂੰ ਨਾਲ ਤੁਰੇ ਜਾਂਦੇ ਹਾਂ, ਨਾਲ ਨਾਲ ਦਿਖਾਉਂਦੇ ਜਾਂਦੇ ਹਾਂ ਵੀ ਕੀ ਹਿਸਾਬ ਕਿਤਾਬ ਆ। ਲੈ ਵੀ ਇਸ ਪਾਸੇ ਆ ਗਈ ਪਾਰਕਿੰਗ ਆ ਜਿਹੜੀ, ਆਹ ਮੋਟਰਸਾਈਕਲਾਂ ਦੀ ਵਿਖਾ ਦੀ ਹਰਪ੍ਰੀਤ। ਕੇਰਾਂ ਦਾ ਬਾਹਰੋਂ ਜਿਉਂ ਐਂ ਲੱਗਦਾ ਜਿਵੇਂ ਕੋਈ ਪੈਲਸ ਪੂਲਸ ਦਾ ਜਗਾੜਮੈਂਟ ਹੁੰਦਾ ਜਾਂ ਕੋਈ ਵਿਆਹ ਸ਼ਾਦੀ। ਇੱਧਰੋਂ ਲੰਮੀਆਂ ਕਾਰਾਂ ਦਿਖਾਈ ਇੱਧਰ ਨੂੰ। ਇਹ ਕੋਈ ਉਹ ਟਾਈਮ ਸੀਗਾ ਜਦੋਂ ਅਗਲਾ ਕਹਿੰਦਾ ਸੀ ਯਾਰ ਵੀ ਬੱਕਰੀਆਂ ਤਾਂ ਮਾਨਾ ਹਨਾ ਵੀ ਇਹ ਉਹਨਾਂ ਬੰਦਿਆਂ ਦੇ ਕੰਮ ਆ ਜਿਹੜੇ ਪੜ੍ਹਦੇ ਪੁੜ੍ਹਦੇ ਨਹੀਂ ਤੇ ਐਂਡ ਤੇ ਆ ਕੇ ਘਰ ਦੇ ਦੁਖੀ ਹੋ ਕੇ ਬੰਦਿਆਂ ਨੂੰ ਬੱਕਰੀਆਂ ਤੇ ਲਾ ਦਿੰਦੇ ਹਨਾ। ਤੇ ਹੁਣ ਤੂੰ ਇੱਧਰ ਦੇਖੀਆਂ ਲੰਮੀਆਂ ਲੰਮੀਆਂ ਉਹ ਕਾਰਾਂ ਜਿਹਨਾਂ ਨੂੰ ਲੋਕ ਆਮ ਘਰਾਂ 'ਚ ਰਿਸ਼ਤੇਦਾਰੀਆਂ 'ਚ ਲਿਆਉਣ ਵਾਸਤੇ ਜਾਂ ਵਿਆਹ ਸ਼ਾਦੀਆਂ 'ਤੇ ਜਾਂਦੇ ਆ, ਉਹਨਾਂ 'ਚ ਅੱਜ ਬੱਕਰੀਆਂ ਤੁਰੀਆਂ ਫਿਰਦੀਆਂ। ਹੁਣ ਇਹ ਪੜ੍ਹੇ ਲਿਖੇ ਬੰਦੇ ਜ਼ਿਆਦਾ ਰੱਖਣ ਲੱਗ ਗਏ। ਹਾਂ, ਨੌਲੇਜ ਲੈ ਕੇ ਇਹ ਕੰਮ ਦੇ ਵਿੱਚ ਆਈ ਜਾਂਦੇ ਨੇ ਲੋਕ। ਪਹਿਲਾਂ ਤਾਂ ਸਹਾਇਕ ਧੰਦਾ ਸੀ ਦੋਸਤੋ, ਤੇ ਹੁਣ ਸਹਾਇਕ ਧੰਦੇ ਤੋਂ ਲੋਕਾਂ ਨੇ ਇਹਨੂੰ ਆਪਦਾ ਮੇਨ ਧੰਦਾ ਬਣਾ ਲਿਆ ਹੌਲੀ ਹੌਲੀ। ਮੇਨ ਧੰਦਾ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਚੀਜ਼ ਤੋਂ ਆਮਦਨ ਆ ਉਹਨੂੰ ਮੇਨ ਚਲਾ ਲੈਣਾ ਚਾਹੀਦਾ। ਖੇਤੀਬਾੜੀ ਤਾਂ ਆਪਣਾ ਮੁੱਖ ਕਿੱਤਾ ਹੈਗਾ ਹੀ ਹੈਗਾ, ਤੇ ਉਹਦੇ ਨਾਲ ਜਿਹੜਾ ਇਹ ਧੰਦਾ ਤੁਹਾਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਉਹ ਬੰਦੇ ਆ ਜਿਹੜੇ ਨਾਲ ਨਾਲ ਕੋਈ ਜੋਬ ਵੀ ਕਰਦਾ ਹੋਊਗਾ, ਕੋਈ ਸਰਕਾਰੀ ਨੌਕਰੀ 'ਤੇ ਆ, ਕੋਈ ਆਪਦਾ 4-5 ਕਿੱਲੇ ਵੱਧ ਠੇਕੇ 'ਤੇ ਵੀ ਲੈਂਦਾ ਹੋਊਗਾ, ਪਰ ਨਾਲ ਨਾਲ ਬੱਕਰੀ ਪਾਲਣਾ ਜਿਹੜਾ ਉਹ ਵੀ ਕਰਦਾ। ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਲੱਖਾਂ ਰੁਪਈਆਂ ਦਾ ਜਿਹੜੇ ਸੌਦੇ ਇੱਥੇ ਹੁੰਦੇ ਆ, ਅਤੇ ਹਜ਼ਾਰਾਂ ਲੱਖਾਂ ਰੁਪਈਏ ਲੋਕ ਇੱਥੋਂ ਕਮਾ ਕੇ ਲਿਜਾਂਦੇ ਆ, ਅਤੇ ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲਿਆ, ਭਾਵਾਂ ਉਹ ਕੋਈ ਰੇਹੜੀ ਲਾਉਂਦਾ ਹੋਵੇ, ਭਾਵਾਂ ਉਹ ਕੋਈ ਚਾਹ ਵਾਲਾ ਹੋਵੇ, ਭਾਵਾਂ ਕੋਈ ਵੇਚ ਖਰੀਦ ਕਰਦਾ ਹਨਾ ਮਾਨਾ, ਬਾਕੀ ਗੱਡੀਆਂ ਵਾਲੇ ਹੋ ਗਏ, ਹਾਂ ਟਰਾਂਸਪੋਰਟ ਵਾਲੇ, ਹਾਂ ਸਾਰਿਆਂ ਨੂੰ ਰੁਜ਼ਗਾਰ ਮਿਲਿਆ। ਉਹ ਬਾਕੀ ਜਿਹੜਾ ਬੱਕਰੀ ਕਿੱਤਾ ਉੱਪਰਲੇ ਲੈਵਲ 'ਤੇ ਗਿਆ ਆਹ ਜਗ੍ਹਾ ਤੋਂ ਗਿਆ, ਹਾਂ ਇਸੇ ਮੰਡੀ ਤੋਂ, ਡਾਕਟਰ ਬਲਵਿੰਦਰ ਸਿੰਘ ਮਾਨ ਆ ਜਿਹੜੇ ਉਹਨਾਂ ਦੀ ਦੇਣ ਹੈ ਬੱਕਰੀ ਕਿੱਤੇ ਨੂੰ ਉੱਪਰ ਚੁੱਕਣ ਦੀ। ਆਹ ਜਗ੍ਹਾ ਤੋਂ ਬੱਕਰੀ ਆ ਜਿਹੜੀ ਉੱਪਰਲੇ ਲੈਵਲ ਤੱਕ ਪਹੁੰਚ ਗਈ। ਪੂਰੇ ਪੰਜਾਬ ਦੀ ਦੋਸਤੋ ਨੰਬਰ 1 ਮੰਡੀ ਆ। ਇਸ ਮੰਡੀ ਤੋਂ ਯੂਪੀ, ਬਿਹਾਰ, ਮਹਾਰਾਸ਼ਟਰ, ਜੰਮੂ ਕਸ਼ਮੀਰ, ਆਲ ਇੰਡੀਆ 'ਚ ਜਿਹੜਾ ਭਾਰਤ ਦੇ ਦੂਜੇ ਪਾਸੇ ਕਹਿ ਲਓ ਸ਼੍ਰੀਲੰਕਾ ਤੱਕ ਦੇ ਨੇੜੇ ਨੇੜੇ, ਤਾਮਿਲਨਾਡੂ, ਉੜੀਸਾ ਤੱਕ ਦੇ ਲੋਕ ਆ ਜਿਹੜੇ ਇਸ ਥਾਂ ਤੋਂ ਮਾਰਕੀਟ ਹੁੰਦੀ ਆ ਜਿਹੜੀ ਬੱਕਰੀਆਂ ਦੀ। ਪੰਜਾਬ ਦੀ ਬੀਟਲ ਆ ਜਿਹੜੀ, ਇੱਥੇ ਸਾਰੀਆਂ ਨਸਲਾਂ ਪਹੁੰਚਦੀਆਂ, ਬੀਟਲ, ਕ੍ਰੋਸ ਬੀਟਲ, ਸਾਰੀਆਂ ਗੱਡੀਆਂ ਗੁੱਡੀਆਂ ਕਰੀ ਬਾਈ ਦਿਖਾ ਦੇ। ਇਹ ਮੰਡੀ ਆ ਜਿਹੜੀ ਵੀਰਵਾਰ ਨੂੰ ਲੱਗਦੀ ਆ, ਇਹ ਹਫ਼ਤੇ ਮੰਡੀ ਇਹ ਲੱਗਦੀ ਆ। ਹਾਂ, ਇੱਥੇ ਤੁਹਾਨੂੰ ਹਰੇਕ ਕੁਆਲਿਟੀ ਮਿਲੂ। ਦੂਜੀ ਗੱਲ ਇਹ ਵੀ ਆ ਮਾਨਾ, ਹੁਣ ਆ ਦਿਖਾਈ ਇੱਧਰ ਅਲਟੋ 'ਚ ਬਰਬਰੀ,
ਦੇਖ ਬਈ ਉਹ ਟਾਈਮ ਗਿਆ ਜਿਹੜਾ ਟਾਈਮ ਪਹਿਲਾਂ ਕਿਤੇ ਬੱਕਰੀਆਂ ਨੂੰ ਕੋਈ ਅਗਲਾ ਮਾੜਾ ਸਮਝਦਾ ਹੁੰਦਾ ਸੀ ਦੇਖ ਆ ਗੱਡੀਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਹਾਂ ਆਜੋ ਤੁਹਾਨੂੰ ਅੱਗੇ ਦਿਖਾਉਣੇ ਆ ਅਗਲਾ ਕੀ ਸਿਸਟਮ ਆ ਹਾਂ ਹਜੇ ਤਾਂ ਅਸੀਂ ਕੱਟ ਲਾ ਸਾਰੇ ਜਾਂਦੇ ਜਾਂਦੇ ਆਪਾਂ ਗੱਲਬਾਤ ਕਰਦੇ ਜਾਵਾਂਗੇ ਜਿਹੜੇ ਜਿਹੜੇ ਵੀ ਭਰਾ ਕੀ ਮਾਲ ਲੈ ਕੇ ਆਏ ਆ ਕੀ ਸਿਸਟਮ ਆ ਆਹ ਦਿਖਾਈ ਇੱਧਰ ਕਤੂਰਾ ਦਿਖਾਈ ਉਹ ਤਾਂ ਕੁੱਕੜਾਂ ਦੇ ਸੌਦੇ ਹੋਈ ਜਾਂਦੇ ਆ ਇੱਧਰ 22 ਵੀ ਜਾਨਵਰ ਲੈ ਕੇ ਪਹੁੰਚੇ ਆ ਇੱਧਰ ਦੇਖ ਮਾਨਾ ਆ ਜਾ ਨੇੜੇ ਕਿਉਂ ਇੱਥੋਂ ਹੋ ਗਿਆ ਸ਼ੁਰੂ ਕੰਮ ਇੱਧਰੋਂ ਆ ਕੁੱਕੜ ਸਾਰਾ ਸੌਦਾ ਇੱਧਰੋਂ ਖਰਗੋਸ਼ ਆ ਹਰ ਇੱਕ ਵੈਰਾਇਟੀ ਮਿਲੂਗੀ ਹਾਂ ਸਾਰਾ ਕੁਛ ਹੀ ਮਿਲੂ ਕਬੂਤਰ ਕੁੱਕੜ ਗੋਲੇ ਕਬੂਤਰ ਵੀ ਆ ਗਏ ਵਿੱਚ ਨਹੀਂ ਇਹ ਗੋਲੇ ਨਹੀਂ ਹੁੰਦੇ ਦੂਜੇ ਉੱਡਣ ਵਾਲੇ ਵੀ ਹੁੰਦੇ ਰੰਗੀ ਇਹੋ ਜਾਂਦਾ ਹਨਾ ਬਾਈ ਰੰਗੀ ਇਹੋ ਜਿਹਾ ਬਾਈ ਕਿਹੜੇ ਥਾਂ ਤੋਂ ਬਾਈ ਕੱਲੋ ਤੋਂ ਬਾਈ ਕਿੱਥੇ ਲੈ ਗਿਆ ਕੱਲੋ ਗੋਲੀ ਮੋੜਾ ਕੋਲੇ ਬਾਈ ਹਾਂ ਲੱਗਿਆ ਕੁਛ ਇਹਨਾਂ ਦਾ ਇੱਥੇ ਵੇਗੇ ਬਾਈ ਸਾਰੇ ਕੱਲੇ ਖਰਗੋਸ਼ ਰਹਿ ਗਏ ਹਾਂ ਠੀਕ ਹੈ ਹਾਂ ਖਰਗੋਸ਼ ਰਹਿ ਗਏ ਬਈ ਕੱਲੇ ਬਾਈਆਂ ਕੋਲੇ ਕਿਤੇ ਤੇ ਬਾਕੀ ਵੇਗ ਗਏ ਆ ਜੋ ਕਿਨਾਂ ਅੱਗੇ ਆ ਕੀ ਚੀਜ਼ ਆ ਬਾਈ ਇਹ ਵਿਰਜੀ ਬਟੇਰ ਨੇ ਜੀ ਹਾਂਜੀ ਹਾਂ ਬਟੇਰ ਕੀ ਕੰਮ ਹੁੰਦਾ ਇਹਨਾਂ ਦਾ ਬਾਈ ਇਹ ਵਿਰਜੀ ਕੋਈ ਸ਼ੌਂਕ ਨਾਲ ਵੀ ਰੱਖਦੇ ਨੇ ਕੋਈ ਗਰਮ ਕਰਨ ਵਾਸਤੇ ਕੋਈ ਖਾ ਵੀ ਲੈਂਦੇ ਨੇ ਜੀ ਮੀਟ ਵੀ ਬਣਾ ਲੈਂਦੇ ਹਾਂ ਹਾਂਜੀ ਹਾਂ ਵੀ ਠੀਕ ਆ ਵਿੱਚ ਕਬੂਤਰ ਵੀ ਜਿਵੇਂ ਕੋਈ ਪੁਰਾਣੇ ਬੁੜੇ ਕਹਿੰਦੇ ਨਾ ਤਿੱਤਰ ਹੁੰਦੇ ਨੇ ਜਾਂ ਬਟੇਰ ਹੁੰਦੇ ਨੇ ਅੱਛਾ ਇਹਨਾਂ ਨੂੰ ਤਿੱਤਰ ਵੀ ਕਹਿੰਦੇ ਆ ਤਿੱਤਰ ਵੀ ਕਹਿੰਦੇ ਇਹ ਤਿੱਤਰ ਦਾ ਬਸ ਤਿੱਤਰ ਹੀ ਸਮਝ ਲਓ ਜੀ ਉਹ ਤਾਂ ਫੜੇ ਨਹੀਂ ਜਾਂਦੇ ਖੇਤਾਂ 'ਚ ਹੁਣ ਬਸ ਇਹ ਆਪਣੇ ਨੋਰਮਲ ਆਪਣੇ ਫੈਕਟਰੀ 'ਚੋਂ ਨਿਕਲਦੇ ਜਿਵੇਂ ਮਸ਼ੀਨ 'ਚੋਂ ਨਿਕਲਦੇ ਅੱਛਾ ਇਹ 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 ਅੱਛਾ ਇਹ ਫੈਕਟਰੀ 'ਚੋਂ ਆਂਡੇ ਇਹਨਾਂ ਦੇ ਲੈ ਕੇ ਜਾਂ ਬੱਚੇ ਕਢਾਏ ਆ ਕੁੱਕੜਾਂ ਨੂੰ ਹੈ ਮਸ਼ੀਨ 'ਚ ਕਢਾਏ ਇਹ ਕਿੰਨੇ ਦਾ ਜੋੜਾ ਇਹ 300 ਰੁਪਏ ਦੇ ਦੋ ਨੇ ਜੀ 300 ਦੇ ਦੋ ਆ ਦੋ ਨੇ ਕਿੰਨੇ ਕੁ ਵੇਚਤੇ ਤੂੰ ਪਹਿਲਾਂ ਅਸੀਂ ਜੀ ਹਰ ਗੇੜੇ ਵੇਚਦੇ ਹਾਂ 15-20 ਪੀਸ ਆਪਣੇ ਕੋਲ ਵਧੀਆ ਲੱਗ ਜਾਂਦੇ ਠੀਕ ਹੁਣ 21 ਪੀਸ ਰਹਿ ਗਏ ਨੇ ਜੀ ਠੀਕ ਹੈ 21 ਰਹਿ ਗਏ ਹਾਂਜੀ ਕਿਹੜੇ ਥਾਂ ਤੋਂ ਆਉਣੇ ਬਰਨਾਲੇ ਤੋਂ ਬਰਨਾਲੇ ਤੋਂ ਨੰਬਰ ਬੋਲੇ ਬਾਈ ਆਪਣਾ ਆਪਣਾ ਹੈਗਾ ਜੀ 77-17 ਜੀ 68-11 ਠੀਕ ਹੈ ਹੋਰ ਜਾਨਵਰ ਵੀ ਘਰੇ ਹੁੰਦੇ ਆ ਜਾਨਵਰ ਹੋਰ ਮੁਰਗਿਆਂ ਦਾ ਕੰਮ ਕਰਦੇ ਆ ਜੀ ਸਾਰੇ ਪੰਛੀ ਹੁੰਦੇ ਹਾਂਜੀ ਸਾਰੇ ਕਬੂਤਰ ਹੁੰਦੇ ਨੇ ਬੱਤਖਾਂ ਹੁੰਦੀਆਂ ਨੇ ਠੀਕ ਹੈ ਹਾਂਜੀ ਹਾਂ ਦੂਰੋਂ ਦੂਰੋਂ ਲਿਆਈਦੇ ਨੇ ਦੂਰੋਂ ਦੂਰੋਂ ਵੇਚ ਕੇ ਵੀ ਆਉਂਦੇ ਜੀ ਪਿੰਡਾਂ 'ਚ ਠੀਕ ਹੈ ਹਾਂਜੀ ਧੰਨਵਾਦ ਜੀ ਲਓ ਵੀ ਦੋਸਤੋ ਬਟੇਰ ਸੀਗੇ ਬਾਈ ਕਹਿੰਦਾ ਅਤੇ ਇਹ ਸਾਰੀ ਮੰਡੀ ਦੀ ਐਂਟਰੀ ਆ ਇੱਥੋਂ ਸ਼ੁਰੂ ਹੁੰਦਾ ਸਾਰਾ ਪ੍ਰੋਗਰਾਮ ਇੱਧਰ ਕੁੱਕੜ ਆ ਗਏ ਕੁੱਕੜ ਬਹੁਤ ਆਉਂਦੇ ਆ ਕੀ ਹਾਲ ਆ ਜੀ ਆਹ ਕੁੱਕੜ ਆਪਣੀ ਆ ਬਾਈ ਠੀਕ ਆ ਕੀ ਰੇਟ ਲਾਇਆ ਅੱਛਾ 8 ਲੱਖ ਦੀਆਂ ਬਾਲੇ ਬੰਦੇ ਕਹਿੰਦੇ ਵੀਡੀਓ ਵੀ ਚੱਲੀ ਜਾਂਦੀ ਹੈ ਬਾਲੇ ਬੰਦੇ ਕਹਿੰਦੇ ਸੌਦਾ ਕਹਿੰਦੇ ਫੇਕ ਸੀਗਾ ਨਹੀਂ ਨਹੀਂ ਆਪਣੇ ਕੋਲ ਅਜੇ ਠੀਕ ਆ ਠੀਕ ਆ ਬਾਈ ਧੰਨਵਾਦ ਕਿਹੜਾ ਪਿੰਡ ਆ ਬਾਈ ਆਪਣਾ ਕੋਟਸ਼ਮੀਰ ਕੋਟਸ਼ਮੀਰ ਠੀਕ ਆ ਲਓ ਵੀ ਦੋਸਤੋ ਬਾਈਆਂ ਦਾ ਸੌਦਾ ਹੋਇਆ ਸੀ ਆਪਣੇ ਚੈਨਲ 'ਤੇ ਪਿਆ ਤੁਸੀਂ ਵੇਖ ਸਕਦੇ ਹਾਂ 97 'ਚ ਨੌਕਰੀਆਂ ਵਛੇਰੀਆਂ ਦਾ ਅਤੇ ਕੁੱਕੜ ਬਹੁਤ ਆ ਇੱਥੇ ਕੁੱਕੜ ਸਭ ਤੋਂ ਵੱਧ ਆਉਂਦੇ ਆ ਮੈਨੂੰ ਲੱਗਦਾ ਹਨਾ ਅਤੇ ਆਹ ਗੱਲਬਾਤ ਕਰੋ ਇੱਧਰ ਆ ਕੇ ਹਾਂ ਬਾਈ ਵੜਦਾ ਤਾਂ ਨਹੀਂ ਕੀ ਰੇਟ ਰੱਖਿਆ ਬਾਈ ਇਹਦਾ ਇਹਦਾ 7000 ਰੁਪਏ ਹੈ ਫੀਮੇਲ ਕਿ ਮੇਲ ਕੁੱਤੀ ਆ ਕੁੱਤੀ ਆ ਠੀਕ ਆ ਕਿੰਨੇ ਚਿਰ ਦੀ ਆ ਸਿੰਗਲ ਕੋਟ ਚ ਹੋਰ ਵੀ ਜਾਨਵਰ ਹੁੰਦੇ ਘਰੇ ਨਹੀਂ ਹੋਰ ਨੀ ਬਈ ਇੱਕ ਹੀ ਆ ਸ਼ੌਂਕ ਵਜਾਈ ਆ ਨੰਬਰ
97802 6400 22। ਲਓ ਮਿੱਤਰੋ ਕਰ ਲਿਓ ਸੰਪਰਕ ਬਾਈ ਨਾਲ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ, ਅਤੇ ਅੱਗੇ ਫਿਰ ਆ ਕਤੂਰੇ ਆ ਗਏ ਇੱਧਰ ਪੰਪੇਰੀਅਨ, ਅਤੇ ਇਹ ਬਾਈ ਨਾਲ ਕਰਾਂਗੇ ਗੱਲਬਾਤ, ਮਾੜਾ ਜਿਹਾ ਦਿਖਾ ਦੀ ਇੱਕ ਵਾਰੀ ਕਿੰਨੇ ਦਾ ਫੀਮੇਲ 3500 ਦੀ 3500 ਹੈ। ਕਿਹੜੇ ਥਾਂ ਤੋਂ ਆਏ ਬਾਈ? ਪਿੱਠੀ ਤੋਂ ਬਾਈ, ਪਿੱਠੀ ਮਾਨਸਾ। ਮੋਬਾਇਲ ਨੰਬਰ 97803-3604। ਲੈ ਵੀ ਪਮੇਰੀਅਨ ਜਿਹਨੇ ਲੈਣੇ ਆ ਬਾਈ ਗੱਲਬਾਤ ਕਰ ਸਕਦੇ। ਕੁੱਕੜ ਬਹੁਤ ਆ ਬਾਈ ਮਿੱਤਰੋ, ਕੁੱਕੜ ਜਿੰਨੇ ਦਿਖਾਈ ਬਾਈ ਇੱਧਰ ਨੂੰ, ਕੁੱਕੜ ਅਤੇ ਕਬੂਤਰ ਸਭ ਨਾਲੋਂ ਵੱਧ ਆਉਂਦੇ ਆ। ਜਿਹੜੇ ਭਰਾਵਾਂ ਨੇ ਪਲੇ ਪਲਾਏ ਕੁੱਕੜ ਲੈਣੇ ਨਾ, ਉਹ ਬੰਦੇ ਜ਼ਰੂਰ ਗੱਲ ਕਰੋ। ਇੱਧਰ ਮਾਰੀ ਇੱਧਰ ਕੈਮਰਾ, ਇੱਧਰ ਪੈਂਦਾ ਤਾਂ ਨਹੀਂ ਯਾਰ। ਮੇਲ ਆ ਕੇ ਫੀਮੇਲ? ਮੇਲ ਆ ਬਾਈ। ਕਿੰਨੇ ਦਾ ਬਾਈ? 8000 ਰੁਪਏ ਮੰਗ। 8000 ਮੁੱਲ ਕਰਦੇ? ਹਾਂ। ਮਾਨਤਾਨ ਹੋ ਜੀ? ਹਾਂ। ਕਿਹੜਾ ਪਿੰਡ? ਖੋਖਰ। ਖੋਖਰ, ਖੋਖਰ ਮੁਕਸਰ ਵਾਲਾ? ਨਹੀਂ, ਇੱਧਰ ਰਾਮਪੁਰੇ ਲਵੇ, ਚੌਕੇ ਲਵੇ। ਠੀਕ ਆ, ਅਤੇ ਇਹ ਕਿੰਨੇ ਚਿਰ ਦਾ ਬਾਈ? ਇਹ 9-10 ਮਹੀਨਿਆਂ ਦਾ ਬਾਈ। ਠੀਕ ਆ, ਤੋਰੀ ਮਾੜਾ ਜਿਹਾ ਬਾਈ ਖੋਲੀ, ਲੈ ਮਤਲਬ ਚੈੱਕ ਕਰੋ। 0 ਸਹਿ ਜੀ ਹਾਂ। ਵੜਦਾ ਵੜਦਾ ਤਾਂ ਨਹੀਂ ਬਾਈ ਵਾਲਾ? ਫਰੈਂਡਲੀ ਹੈ ਨਾ? ਲੈ ਕਿਸਕਾ ਨੰਬਰ ਚੱਲ ਰਿਹਾ? ਠੀਕ ਆ ਬਾਈ, ਮੋਬਾਈਲ ਨੰਬਰ ਬੋਲਿਓ ਬਾਈ ਆਪਣਾ। 9876-43-798। ਧੰਨਵਾਦ ਬਾਈ। ਲਓ ਮਿੱਤਰੋ, ਇਹ ਗੱਲਾਂ ਬਾਤਾਂ ਸੀਗੀਆਂ। ਇਦੋਂ ਅੱਗੇ ਦੂਜੀ ਮੰਡੀ ਸਟਾਰਟ ਹੋ ਗਈ। ਆਹ ਬਾਈ ਜਰਮਨ ਸ਼ੈਫਰਡ? ਹਾਂਜੀ। ਦਿਖਾਇਓ ਤਾਂ ਚੱਕ ਕੇ। ਮੇਲ ਆ ਕੇ ਫੀਮੇਲ? ਮੇਲ ਆ ਜੀ। ਕਿੰਨੇ ਦਾ ਬਾਈ? 10000 ਦਾ। ਘਰ ਦਾ ਬੱਚਾ ਕਿ ਗਾਉਂ ਲਿਆ? ਕੁੱਤਾ ਛੱਡਿਆ ਸੀ ਵੀਰੇ। ਅੱਛਾ, ਉਹਨੇ ਬੱਚਾ ਉਹਨਾਂ ਦਿੱਤਾ? ਬੱਚਾ ਲੈਤਾ। ਠੀਕ ਆ, ਉਹ ਕਿਵੇਂ ਸੀ ਮਾਂ ਇਹਦੀ? ਮਾਂ ਮੀਡੀਅਮ ਕੋਰਸ ਸੀਗੀ, ਕੁੱਤਾ ਡਬਲ ਕੋਰਸ। ਠੀਕ ਆ, ਰਿਜ਼ਲਟ ਹੁਣ ਤੈਨੂੰ ਕਾਹ ਤੇ ਲੱਗਦਾ? ਕੁੱਤੇ ਤੇ ਗਿਆ ਕਿ? ਹਾਂ, ਕੁੱਤੇ ਤੇ ਗਿਆ ਵੀਰੇ। ਠੀਕ ਹੈ, ਬੱਚੇ 8 ਦਿੱਤੇ ਸੀਗੇ, ਹੁਣ ਤਾਂ ਕਰਕੇ ਲਿੱਸਾ ਲੱਗਦਾ 25 ਦਿਨਾਂ ਦਾ। ਠੀਕ ਹੈ, ਕੀ ਮੁੱਲ ਕਰਦੇ ਹੋ? 10000 ਕਰਦੇ ਹਾਂ। ਮਾਨਤਾਨ ਕਰਦੇ? ਕਿਹੜਾ ਪਿੰਡ? ਆਹੀ ਪਿੰਡ ਹੈ, ਤੁੰਗਲੀ। ਤੁੰਗਲੀ, ਠੀਕ ਹੈ। ਮੋਬਾਈਲ ਨੰਬਰ ਬੋਲਿਓ? 9466-37-10। ਠੀਕ ਹੈ। ਲਓ ਵੀ ਦੋਸਤੋ, ਚੈੱਕ ਕਰ ਲਿਓ, ਡੱਬ ਡੁੱਬ ਤਾਂ ਨਹੀਂ ਥੱਲੇ? ਨਹੀਂ, ਸਹੀ ਹੈ ਬਈ, ਸਹੀ ਹੈ ਦੋਸਤੋ। ਇਹ ਸੀ ਐਂਟਰੀ ਗੇਟ, ਗੱਲਾਂ ਬਾਤਾਂ ਜਿਹੜੀਆਂ ਇਹ ਹੋ ਗਈਆਂ। ਹੁਣ ਇਦੋਂ ਅੱਗੇ ਮਾਲ ਸਟਾਰਟ ਹੋ ਗਿਆ ਤੁੰਗਲੀ ਦਾ, ਤੁਸੀਂ ਦੇਖ ਸਕਦੇ ਹੋ। ਕੀ ਹਾਲ ਆ ਜੀ? ਕੀ ਮੁੱਲ ਕਰਦੇ ਆ ਇਹਦਾ? ਹੈ ਕੀ? ਛਤਰਾ। ਕਿੰਨੇ ਚਿਰ ਦਾ? 10 ਮਹੀਨੇ। 10 ਮਹੀਨੇ ਦਾ, ਠੀਕ ਹੈ। ਲਓ ਵੀ ਦੋਸਤੋ, 10 ਮਹੀਨੇ ਦਾ ਦੇਖ ਲਓ, ਚੈੱਕ ਕਰੋ। ਲੱਗਿਆ ਕੁਛ ਕਿ ਨਹੀਂ? ਲੱਗਿਆ ਜੀ। ਕਿੰਨਾ? 16000 ਰੁਪਈਆ ਲੱਗਿਆ ਬਾਈ ਕਹਿੰਦਾ। ਆ ਜਾਓ ਕਿਰਾਂ ਅੱਗੇ ਤੁਰੇ ਆਓ। ਇੱਥੋਂ ਸਟਾਰਟ ਹੋ ਗਿਆ ਅਸਲ 'ਚ ਕੰਮ ਸਾਰਾ ਬਾਈ। ਇੱਦੂ ਗਾਂਹ ਤੁਹਾਨੂੰ ਮਿਲਣਾ ਜਿਹੜਾ ਜਗਾੜਮੈਂਟ ਆ, ਉਹ ਬੱਕਰੀਆਂ, ਬੱਕਰੇ, ਛਤਰੇ, ਬਰਬਰੀ, ਸਾਰੇ ਸਾਰਾ ਸ਼ੁਰੂ ਸਿਸਟਮ ਆ ਇੱਥੋਂ। ਇਸ ਪਾਸੇ ਜਿਹੜਾ ਐਂਟਰੀ ਗੇਟ ਆ, ਇੱਥੇ ਪਰਚੀਆਂ ਦੇ ਸੌਦੇ ਸੁਦੇ ਜਿਹੜੇ ਇਸ ਪਾਸੇ ਹੋਣਗੇ ਸਾਰੇ, ਅਤੇ ਇੱਧਰ ਸਾਰਾ ਮਾਲ ਆਇਆ ਨੂੰ।